ਚਲਾ ਉਧਰ ਆ ਜਿਹਨੂੰ ਕੋਈ ਕਹਿੰਦਾ ਆਈ ਹੈ ਤੈਨੂੰ ਪਤਾ ਲੱਗੇ ਆ ਤੁਸੀਂ ਆਪਣੇ ਟਾਈਮ 'ਚ ਕਿੰਨੇ ਵੱਡੇ ਪਲੇਅਰ ਚਲੇ ਪਾਪਾ ਦੇਖਦੇ ਚੱਲ ਹਾਂ ਚੱਲ ਪੁੱਤਰ ਸਿੱਧਾ ਹੋ ਪਤਾ ਨਹੀਂ ਯਾਰ ਅੱਬੂ ਕਿੰਨੇ ਵੱਡੇ ਪਲੇਅਰ ਰਹਿ ਚੁੱਕੇ ਆ ਦੇਖੋ ਕੀ ਹੁੰਦਾ ਮੈਨੂੰ ਤਾਂ ਡਰ ਹੀ ਲੱਗ ਰਿਹਾ ਇਹ ਚਲੇ ਅੱਬੂ ਕਰਵਾਏ ਹਾਂਜੀ ਪੁੱਤਰ ਆ ਗਿਆ ਸਵਾਦ ਪਾਪਾ ਪਹਿਲੀ ਟਰਾਈ ਹੁੰਦੀ ਹੈ ਸਾਡੇ ਵਕਤਾਂ 'ਚ ਕੋਈ ਟਰਾਈ ਨਹੀਂ ਸੀ ਹੁੰਦੀ ਚੱਲ ਚੱਲ ਬਾਹਰ ਆ ਅਬ ਅੱਬੂ ਕੇ ਸਾਥ ਕਿਆ ਮੁਕਾਬਲਾ ਆਪਕੀ ਇੱਜ਼ਤ ਵੀ ਤਾਂ ਰੱਖਣੀ ਸੀ ਨਾ ਅੱਛਾ ਮੇਰਾ ਪੁੱਤਰ ਤੂੰ ਇੱਜ਼ਤ ਵਾਸਤੇ ਆਊਟ ਹੋਇਆ ਆਏ ਨਾ ਜ਼ਰਾ ਫੇਰ ਹਾਂ ਹੁਣ ਬੋਲ ਕਿਹਦੀ ਇੱਜ਼ਤ ਰੱਖੀ ਆ ਸਾਰਾ ਦਿਨ ਕ੍ਰਿਕਟ ਖੇਡਦਾ ਰਹਿਣਾ ਐ ਵਾਹੀ ਅੱਬੂ ਬੋਲ ਨਹੀਂ ਆ ਵਾਰਮ ਅਪ ਨਹੀਂ ਹੋਆ ਮੈਂ ਪੁੱਤਰ ਤੂੰ ਸਾਰੀ ਜ਼ਿੰਦਗੀ ਨਹੀਂ ਵਾਰਮ ਅਪ ਹੋ ਸਕਦਾ ਤੈਨੂੰ ਮੈਂ ਕਾਮਰਾ ਨਕਮਲ ਬਣਾ ਰਿਹਾ ਤੂੰ ਉਮਰ ਅਕਮਲ ਬਣ ਰਿਹਾ ਅੱਬੂ ਪ੍ਰੋਮਿਸ ਆਪ ਸਹੀ ਖੇਲੂੰਗਾ ਬੋਲ ਕਰਾਂ ਪੁੱਤਰ ਸਾਰੀ ਜ਼ਿੰਦਗੀ ਮੈਂ ਤੈਨੂੰ ਹੀ ਘਟਾਉਂਦਾ ਰਹਿਣਾ ਇੱਧਰ ਆ ਚੱਲ ਕਰਾ ਵੀ ਦੇ ਸੌ ਗਏ ਐ ਹਾਂ ਹੁਣ ਪਤਾ ਲੱਗੇ ਪਿਓ ਕੌਣ ਹੈ ਬਹੁਤ ਹੋ ਗਿਆ ਅਬ ਤੋ ਪੱਕਾ ਆਊਟ ਹੈ ਚਲੋ ਗੇਂਦ ਖਰਾਬ ਉਤਰ ਹੋ ਰਹਾ ਪਾ ਪਿਓ ਨੂੰ ਆਊਟ ਕਰਤੇ ਹੀ ਅੱਜ ਗੇਮ ਚ ਆਊਟ ਕਰਤੇ ਹੀ ਕੱਲ ਘਰੋਂ ਆਊਟ ਕਰ ਦੇਗਾ ਅੱਬੂ ਐਸੇ ਤੂੰ ਨਾ ਕਰੀ ਇਹ ਕੀ ਬਾਤ ਹੋਈ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਦਵਾਈ ਅੱਜ ਤੋਂ ਬਾਅਦ ਤੂੰ ਕ੍ਰਿਕਟ ਖੇਲਣਾ Ladies and gentlemen, this is Rashid Khan Light in the house. Hai koi Maika Lal jo mujhe out kare? Ye kya badtameezi hai? Main professional player hu. Mujhe batao ke ball karwane lage ho. Ab Bubu aaye mere sath khelne main jaan ke out ho jaungi aap jeet jayenge. सही कहते हैं बेटियां अल्लाह ताला की रहमत होती है आए ना अबू आए खेलें बेटा श्याम भाई किधर है अबू नीचे होंगे श्याम जी अबू श्याम उठ चल बाहर अब मैंने क्या कर दिया तेन जिन्ना क्या होना कर चल बाहर इजाज साहब तू कभी भी ना मेरी विकेट नहीं देख सकते हूं छक्का देखना मेरा बेगम साहब आ तुसी छक्का मार दे तुहानू नवा सूट लेके देंगा मैं ਕਿਉਂਕਿ ਬੇਟਾ ਮਾਮਾ ਕੇ ਛਿੱਕੇ ਬੇਟਾ ਅੱਜ ਪਾਪਾ ਦੀ ਬੋਲਿੰਗ ਚੈੱਕ ਕਰਨੀ ਪਹਿਲੀ ਗੇਂਦ ਤੇ ਆਊਟ ਕਰਨਾ ਇਹ ਦੇਖ ਲੈਂਦੇ ਆ ਮਾਮਾ ਓ ਵਾ ਵਾ ਮਾਮਾ ਆਊਟ ਹੋ ਗਈ ਬੇਗਮ ਸਾਹਿਬ ਆਪ ਤੋਂ ਕੋਈ ਆਊਟ ਨਹੀਂ ਹੈ ਮੇਰੇ ਘਰ ਸੂਰਜ ਦੀ ਰੋਸ਼ਨੀ ਪੈ ਗਈ ਸੀ ਉਹ ਮੇਰਾ ਰਿਸ਼ਤੇਦਾਰ ਹੈ ਉਹਨੂੰ ਮੈਂ ਘਰ ਘਾਲ ਲਿਆ ਇਹ ਮੇਰਾ ਰਿਸ਼ਤੇਦਾਰ ਹੈ ਦੱਸ ਪੁੱਤਰ ਕੀ ਬਣਿਆ ਆਊਟ ਹੈ ਆਂਟੀ ਜੀ ਆ ਚੈੱਕ ਕੀਆ ਬੇਟਾ ਪਹਿਲੀ ਗੇਂਦ ਵਿੱਚ ਆਊਟ ਹੋਇਆ ਬੇਟਾ ਕੋਈ ਆਊਟ ਨਹੀਂ ਹੋਇਆ ਬੇਟਾ ਐਨਿਆ ਤੇਰੀ ਮਾਂ ਨਹੀਂ ਮੇਰੀ ਬਣੀ ਤੂੰ ਕਿੱਥੋਂ ਬੰਨਾ ਚੱਲ ਥੱਲੇ ਦਫਾ ਹੋ ਇਹ ਕੀ ਬਾਤ ਹੋਈ ਮੈਂ ਨਹੀਂ ਆ ਰਿਹਾ ਤੇ ਤੁਸੀਂ ਅੱਜ ਬੜੇ ਰੋਟੀ ਖਾਓਗੇ ਉਹ ਬੇਗਮ ਸਾਹਿਬਾ ਗੇਮ ਹੈ ਹਾਰ ਜੇ ਤੇ ਲੱਗੀ ਰਹਿਣੀ ਹੈ ਤੇ ਸਮੀ ਤੂੰ ਹੁਣ ਮੇਰੇ ਕੋ ਪੈਸੇ ਮੰਗਨੇ ਨੇ ਤਿੰਨ ਵਟ ਠੇਂਗਾ ਦੇਵਾਂਗੀ ਅੰਮੀ ਇਹ ਕੀ ਬਾਤ ਹੋਈ ਅਮੀ ਕੱਲ ਕੇ ਵੀ 5 ਰੁਪਏ ਰਹਤੇ ਆ ਜੇ ਤੂੰ ਹੈ ਹੀ ਚਵਲ ਸ਼ਿਆਮ ਪੁੱਤਰ ਮੈਂ ਤੈਨੂੰ ਸਿਰਫ 50 ਰੁਪਏ ਦਵਾਂਗੀ ਤੂੰ ਹੀ ਮੇਰਾ ਪੁੱਤਰ ਹਾਂ ਸ਼ਿਆਮ ਪੁੱਤਰ ਤੇਰਾ ਅੱਬੂ ਤੇ ਤੇਰਾ ਭਰਾ ਹੈ ਹੀ ਰੋਂਦੂ ਚਲਾ ਤੂੰ ਤੇ ਮੈਂ ਖੇਡ ਠੀਕ ਹੈ ਮਾਮਾ ਲੇਕਿਨ ਪਹਿਲੀ ਵਾਰੀ ਮੇਰੀ ਹੈ ਚੁੱਪ ਕਰ ਉੱਠ ਕੇ ਗੇਂਦਾ ਕਰਾ ਮੈਨੂੰ ਆ ਪੁੱਤਰ ਤੈਨੂੰ ਮੈਂ 100 ਰੁਪਏ ਦੇਵਾਂਗਾ ਆਉਟੇ ਤੂੰ ਮੈਨੂੰ ਆਊਟ ਕੀਤਾ ਹੁਣ ਤੇਰੇ ਵੀ 50 ਰੁਪਏ ਕੈਂਸਲ ਤੁਸੀਂ ਸਾਰੇ ਰਲੇ ਮਾਂ ਇਹ ਨਹੀਂ ਚੱਕੀ ਮੈਚ ਚੱਲਦੀ ਆਪਣੇ ਟੇਕ ਮਾਮਾ ਜੀ ਕੀ ਹੋ ਗਿਆ ਗੇਮ ਹੈ ਇਹ ਨਾ ਪੁੱਤਰ ਬੜੇ ਦਿਨ ਹੋਏ ਨੇ ਕ੍ਰਿਕਟ ਨਹੀਂ ਖੇਡੀ ਚਲੋ ਆਓ ਟਾਸ ਕਰੇ ਕਾਦਾ ਟਾਸ ਵੱਡਾ ਭਰਾਵਾ ਮੈਂ ਚੱਲ ਗੇਂਦਾ ਕਰਾ ਭਾਈ ਇਹ ਕੀ ਬਾਤ ਹੋਈ ਮੈਂ ਛੋਟਾ ਹੂੰ ਇਸਮੇ ਮੇਰਾ ਕੀ ਕਸੂਰ ਹੈ ਚੱਲ ਚੱਲ ਪਤੀਆਂ ਗੱਲਾਂ ਨਾ ਕਰ ਗੇਂਦ ਕਰਾ ਚੱਲ ਹਾਂ ਹਾਂ ਬਤਾਤਾ ਮੈਂ ਆਪਕੋ ਉਹ ਕੀ ਕਰਨਾ ਬਸ ਸਹੀ ਗੇਂਦ ਕਰਾ ਕਿਉਂ ਜੀ ਅਬ ਤੇਜ਼ ਗੇਂਦ ਖੇਲੀ ਨਹੀਂ ਜਾ ਰਹੀ ਇੱਧਰ ਆ ਕੇ ਗੇਂਦ ਫੜ ਤੇ ਗੇਂਦ ਕਰਾ ਚੱਲ ਫੈਂਕ ਦੋ ਆਪਕੇ ਪਾਸ ਹੀ ਪੜੀ ਹੋਈ ਹੈ ਚੱਲ ਚੱਲ ਆ ਕੇ ਗੇਂਦ ਫੜ ਪੋਤੀ ਗੱਲਾਂ ਨਾ ਕਰ ਚੱਲ ਤੇਰੀ ਫੀਲਡਿੰਗ ਭਾਈ ਕਬ ਉਠੋ ਨੇ ਆਊਟ ਹੈਲੋ ਅਸਲਾਮ ਵਾਲੇਕੁਮ ਹਾਂਜੀ ਮੈਂ ਆ ਗਿਆ ਪਿਆ ਲੈ ਆਈ ਯਾਰ ਭਾਈ ਇਹ ਕੀ ਬਾਤ ਹੋਈ ਆ ਮਰ ਤਾਂ ਵੈਸੇ ਕਰਤੇ ਹੋ